ਸਤਿ ਸ਼੍ਰੀ ਅਕਾਲ ਵੀਵਰ, ਸਵਾਗਤ ਹੈ ਤੁਹਾਡਾ ਟ੍ਰੈਂਡਿੰਗ ਕਲੈਕਸ਼ਨ 'ਚ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅਨ ਸਟਿਚ ਪਾਰਟੀ ਵੇਅਰ ਸੂਟ। ਸਟਾਰਟ ਕਰਦੇ ਆਪਾਂ ਇਹਦੀ ਵੀਡੀਓ। ਅੱਜ ਦਾ ਫਸਟ ਆਰਟੀਕਲ ਇਹ ਲੁੱਕ ਆਏਗੀ ਸੂਟ ਦੀ। ਇੱਦਾਂ ਇਹ 'ਤੇ ਵਰਕ ਹੋਏਗਾ, ਦੁਪੱਟੇ 'ਤੇ ਹੋਏਗਾ, ਬੋਟਮ ਪਲੇਨ ਰਹੇਗੀ। ऑर्गेंजा ते सूट आएगा। ये नीचे घेरे ते आएगा। ये पूरे सूट च जेड़ा पूरी शर्ट उपर तक वर्क आएगा। ये उपर नैक ते आएगा। ये गला बन जाएगा, नैक बन जाएगा। ये ते वर्क आएगा, देखो ये नैक दा वर्क आएगा। ये बाजू वर्क आएगा। बैक ये दी प्लेन रहेगी। बॉटम ते वर्क आएगा। तुसी चाहे इनू पेंट प्लाजो बना लो, चाहे तुसी सलवार बना सकते हो। इहदी प्लेन इहदा दुपट्टा आएगा। टैबी लाइनिंग दा इहदा दुपट्टा रहेगा। दुपट्टे ते इहदा गोटा आएगा। सेंटर च इहदे जिहड़ा हैगा ये बरीक गोटा आएगा। दुपट्टा पूरा वड्डा रहेगा, चौड़ा रहेगा। इहदा प्राइस आएगा 2690। इहदे च तीन कलर आणगे। ਇਹ ਨੈਕਸਟ ਕਲਰ ਆਏਗਾ ਇਹਦਾ। ਦੇਖੋ ਬਹੁਤ ਪਿਆਰਾ ਜਿਹੜਾ ਨੀਚੇ ਘੇਰਾ ਬਣਿਆ ਹੋਇਆ ਕੱਟ ਵਰਕ ਦਾ ਆ। ਉੱਤੇ ਮੋਤੀ ਵਰਕ ਹੋਇਆ ਵਿਆ, ਪੋਲਕਾ ਵਰਕ ਹੋਇਆ ਵਿਆ ਗਾ। ਇਹ ਦੇਖੋ ਇਹ ਜਿਹੜਾ ਫਲਾਵਰ ਹੈ ਇਹਨੂੰ ਹੈਂਡ ਵਰਕ ਦਾ ਟੱਚ ਦਿੱਤਾ ਗਿਆ ਹੈਗਾ। ਇਹ ਥਰੈਡ ਵਰਕ ਵੀ ਹੈ, ਹੈਂਡ ਵਰਕ ਵੀ ਹੈ। ਇਹ ਜਰੀ ਦਾ ਵਰਕ ਆਏਗਾ। ਸਾਈਡਾਂ 'ਤੇ ਇਹਦਾ ਹਲਕੀ ਹਲਕੀ ਮਕੈਸ਼ ਲੱਗੀ ਹੋਈ ਹੈਗੀ। ਇਹ ਗਲੇ ਦਾ ਵਰਕ ਹੈ, ਗਲੇ ਦੇ ਵਰਕ 'ਚ ਵੀ ਜਿਹੜੀ ਮਕੈਸ਼ ਲੱਗੀ ਹੋਈ ਹੈ। ਇਹ ਬਾਜੂ ਰਹਿਣਗੀਆਂ। ਬੈਕ ਇਹਦੀ ਪਲੇਨ ਰਹੇਗੀ। ਬੋਟਮ ਇਹਦੀ ਜਿਹੜੀ ਹੈਗੀ ਹੈਗੀ ਸਿਲਕ 'ਚ ਆਏਗੀ। ਔਰ ਬੋਟਮ 'ਤੇ ਜਿਹੜਾ ਵਰਕ ਆਏਗਾ ਬਹੁਤ ਪਿਆਰਾ ਵਰਕ ਹੋਇਆ ਵਿਆ ਗਾ। ਇਹਦੇ 'ਤੇ ਜਿਹੜਾ ਹੈਗਾ ਥਰੈਡ ਵਰਕ ਹੋਇਆ ਵਿਆ ਗਾ। ਦੁਪੱਟਾ ਟੈਬੀ ਲਾਈਨਿੰਗ ਦਾ ਆਏਗਾ। ਦੁਪੱਟੇ ਦੇ ਫੋਰ ਸਾਈਡ ਆ ਜਿਹੜਾ ਗੋਲਡਨ ਗੋਟਾ ਲੱਗਿਆ ਹੋਇਆ ਹੈਗਾ। ਵਿੱਚ ਇਹਦੇ ਜਿਹੜੀ ਹੈਗੀ ਹੈ ਹਲਕਾ ਬਰੀਕ ਗੋਟਾ ਲੱਗਿਆ ਹੋਇਆ ਹੈਗਾ। ਬਹੁਤ ਪਿਆਰਾ ਅਤੇ ਚੌੜਾ ਔਰ ਲੰਬਾ ਦੁਪੱਟਾ ਹੈ ਇਹਦਾ। ਪ੍ਰਾਈਸ ਸੇਮ 2690। ਇਹਦੇ 'ਚ 3 ਕਲਰ ਅਵੇਲੇਬਲ ਹੈਗੇ। ਬਹੁਤ ਪਿਆਰਾ ਜਿਹਾ ਕਲਰ ਹੈ, ਪੀਚ ਕਲਰ। ਬਹੁਤ ਪਿਆਰਾ ਵਰਕ ਹੋਇਆ ਹੋਇਆ ਗਾ। ਇਹ ਨੀਚੇ ਘੇਰੇ ਦਾ ਗਾ, ਪੂਰੀ ਸ਼ਰਟ 'ਚ ਇੱਦਾਂ ਵਰਕ ਆ। ਬੈਕ ਇਹਦੀ ਜਿਹੜੀ ਪਲੇਨ ਰਹੇਗੀ। ਸਿਲਕ ਦੀ ਇਹਦੀ ਬੋਟਮ ਆਏਗੀ। ਬੋਟਮ 'ਤੇ ਇਹਦੇ ਵਰਕ ਆਏਗਾ। ਤੁਸੀਂ ਚਾਹੇ ਪੈਂਟ ਪਲਾਜੋ ਬਣਾ ਲਓ, ਚਾਹੇ ਤੁਸੀਂ ਇਹਦਾ ਜਿਹੜਾ ਸਲਵਾਰ ਬਣਾ ਲਓ। ਇਹਦੇ 'ਚ ਜਿਹੜਾ ਹੈਗਾ ਲਾਈਨਿੰਗ ਲੱਗੇਗੀ ਸੂਟ 'ਚ। ਸੇਮ ਦੁਪੱਟਾ ਆਏਗਾ ਪੀਚ ਕਲਰ ਦਾ, ਟੈਬੀ ਲਾਈਨਿੰਗ ਦਾ। ਫੋਰ ਸਾਈਡ 'ਤੇ ਜਿਹੜਾ ਹੈਗਾ ਗੋਲਡਨ ਗੋਟਾ ਆਏਗਾ ਇਹਦਾ। ਇਹ ਦੁਪੱਟਾ ਆਏਗਾ ਇਹਦਾ। ਪੈਟੀਵੇਅਰ ਸੂਟ ਆ, ਸਿਲਕ 'ਚ ਇਹਦੀ ਬੋਟਮ ਆ ਗਈ ਅਤੇ ਜਿਹੜੀ ਇਹਦੀ ਸ਼ਰਟ ਹੈਗੀ ਉਹ ਔਰਗਨਜਾ 'ਚ ਹੈਗੀ।
ये वाला सूट रहेगा, ये जी सलवार वो स्ट्रेट सलवार बनाई हुई है। ये गले ते वर्क आएगा। ये टैबी लाइनिंग द शर्ट हैगी, शर्ट च ये जी हैगी है लाइनिंग लगेगी, पूरी शर्ट चा वर्क आएगा। ये नीचे घेरे ते आएगा, हैवी यदि बाजू आनगियां। देखो बैक यदि प्लेन रहेगी, बहुत प्यारा सूट है ये। सिल्क दी बॉटम आएगी ऑफ वाइट च, तुसी इहदा पैंट प्लाजो भी बना सकते हो, इहदी स्ट्रेट सलवार भी बना सकते हो, लाइनिंग ला के तुसी इहनू हैवी भी बना सकते हो। ये जिहड़ी हैगी है इहदे च नहीं भी लाइनिंग तुसी लगवानी तां ये टैबी सिल्क दा इहदा दुपट्टा आएगा, दुपट्टे दे जिहड़ा हैगा वर्क आएगा, टाई एंड डाई दा दुपट्टा आएगा, बहुत प्यारा जिहा। देखो साइड ते इहदी जिहड़ी हैगी है लैस आएगी येलो कलर दी, बहुत प्यारा दुपट्टा हैगा, वर्क होया वे दुपट्टे च, डबल शेड दुपट्टा हैगा। अज दे आर्टिकल चो तुहानू कोई भी आर्टिकल पसंद आंदा तुसी दित्ते गए नंबर ते स्क्रीनशॉट लै के व्हाट्सएप कर सकदे होगे। जे तुहानू मेरी वीडियो अच्छी लगी तां प्लीज लाइक एंड शेयर करना। थैंक यू।